ਜਿਹੜਾ ਸਿੱਖਾਂ ਦਾ ਇਤਿਹਾਸ ਹੈ ਨਾ ਜੀ, ਉਹ ਬੜਾ ਗੌਰਵਮਈ ਇਤਿਹਾਸ ਹੈ। ਮੈਂ ਕਹਿੰਦਾ ਕਿ ਭਾਰਤ ਦੇ ਇਤਿਹਾਸ ਦਾ ਆਧਾਰ ਹੈ ਸਿੱਖ ਇਤਿਹਾਸ। ਬਿਲਕੁਲ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਪਰਿਵਰਤਨ ਜਿਹੜਾ ਹੈ ਉਹ ਭਾਰਤ ਦੇ ਵਿੱਚ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਧਾਰਮਿਕ ਤੌਰ 'ਤੇ ਆਇਆ। ਜੇ ਸਿੱਖ ਇਤਿਹਾਸ ਨੂੰ ਮਨਫੀ ਕਰ ਦੇਈਏ ਨਾ ਤਾਂ ਭਾਰਤ ਦਾ ਇਤਿਹਾਸ ਅਧੂਰਾ ਹੈ ਅਤੇ ਭਾਰਤ ਦੇ ਵਿੱਚ ਕੁਝ ਹੋਰ ਹੀ ਹੋਣਾ ਸੀ, ਭਾਰਤ ਦਾ ਸਿਸਟਮ ਹੀ ਕੁਝ ਹੋਰ ਹੋਣਾ ਸੀਗਾ। ਤਾਂ ਸਿੱਖਾਂ ਦੇ ਇਤਿਹਾਸ ਦਾ ਵਿਸ਼ੇਸ਼ ਤੌਰ 'ਤੇ ਵਰਣਨ ਕਰਨ ਜਾ ਰਹੇ ਹਾਂ, ਅਖੀਰ ਤੱਕ ਸੁਣਿਓ ਅਤੇ ਇਸ ਗੌਰਵਮਈ ਇਤਿਹਾਸ ਨੂੰ ਸ਼ੇਅਰ ਕਰਨਾ, ਦੁਨੀਆ ਤੱਕ ਪਹੁੰਚਾਉਣਾ, ਬੱਚਿਆਂ ਤੱਕ ਪਹੁੰਚਾਉਣਾ, ਅਗਲੀ ਜਨਰੇਸ਼ਨ ਤੱਕ ਪਹੁੰਚਾਉਣਾ ਸਾਡਾ ਸਭ ਦਾ ਕਰਤੱਵ ਹੈ, ਸਾਡਾ ਸਭ ਦਾ ਜਿਹੜਾ ਹੈ ਉਹ ਦੇਸ਼ ਹੋਣਾ ਚਾਹੀਦਾ। ਮੈਂ ਇੱਥੇ ਇੱਕ ਗੱਲ ਕਹਾਂਗਾ ਕਿ ਸਿੱਖਾਂ ਦਾ ਇਤਿਹਾਸ ਦੇਖੋ, ਇਹ ਗੱਲ ਨਹੀਂ ਹੈ ਕਿ ਇਹ ਸਿੱਖਾਂ ਦਾ ਇਤਿਹਾਸ ਹੈ, ਇਹ ਸਾਡਾ ਭਾਰਤ ਦਾ ਇਤਿਹਾਸ ਹੈ। ਹਰ ਹਿੰਦੂ ਨੂੰ, ਹਰ ਮੁਸਲਮਾਨ ਨੂੰ, ਹਰ ਸਿੱਖ ਨੂੰ, ਹਰ ਈਸਾਈ ਨੂੰ, ਇੱਥੇ ਧਰਮ ਦੀ ਗੱਲ ਨਹੀਂ ਹੈ, ਸਭ ਨੂੰ ਇਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਔਰ ਸਿੱਖ ਇਤਿਹਾਸ ਦੇ ਜਿਹੜੇ ਸਿਧਾਂਤ ਹੈ ਉਹਨਾਂ ਦੇ ਉੱਤੇ ਅਮਲ ਕਰਨਾ ਹਰ ਇੱਕ ਦਾ ਫਰਜ਼ ਬਣਦਾ ਹੈ। ਮੈਂ ਹਿੰਦੂ ਪਰਿਵਾਰ ਨਾਲ ਸੰਬੰਧਿਤ ਹਾਂ, ਮੈਨੂੰ ਇਹ ਗੱਲ ਯਾਦ ਹੈ ਕਿ ਸਾਡੀ ਦਾਦੀ ਮਾਤਾ ਰਾਮ ਪਿਆਰੀ ਸਾਨੂੰ ਬਚਪਨ ਦੇ ਵਿੱਚ ਹੀ ਸਾਰੇ ਭੈਣ ਭਰਾਵਾਂ ਨੂੰ ਸਿੱਖ ਇਤਿਹਾਸ ਸੁਣਾਉਂਦੇ ਸੀ। ਇਹ ਸਿਸਟਮ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ, ਤਾਂ ਹੁਣ ਵੀ ਇਸ ਨੂੰ ਰਿਵਾਈਵ ਕਰਨ ਦੀ ਜ਼ਰੂਰਤ ਹੈ। ਹਰੇਕ ਬੱਚਾ ਪੰਜਾਬ ਦਾ ਵਿਸ਼ੇਸ਼ ਤੌਰ 'ਤੇ, ਹਰੇਕ ਪੰਜਾਬੀ ਜਿਹੜਾ ਹੈ ਉਸ ਨੂੰ ਸਿੱਖ ਇਤਿਹਾਸ ਬਾਰੇ ਵਿਸ਼ੇਸ਼ ਤੌਰ 'ਤੇ ਪਤਾ ਹੋਣਾ ਚਾਹੀਦਾ, ਇਹ ਬਹੁਤ ਜ਼ਰੂਰੀ। ਇੱਥੇ ਧਰਮ ਦੀ ਮੈਂ ਗੱਲ ਨਹੀਂ ਕਰਦਾ, ਤਾਂ ਸਿੱਖ ਇਤਿਹਾਸ ਸਾਡੀ ਜ਼ਿੰਦਗੀ ਦਾ ਜਿਹੜਾ ਹੈ ਆਧਾਰ ਹੈ। ਤਾਂ ਸਿੱਖ ਇਤਿਹਾਸ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ, ਗੌਰ ਨਾਲ ਸੁਣਿਓ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਸਿੱਖ ਗੁਰੂ ਸਾਹਿਬਾਨ ਦਾ ਵਰਣਨ ਕਰਨ ਜਾ ਰਹੇ ਹਾਂ ਤਾਂ ਬਹੁਤ ਅਦਬ ਦੇ ਨਾਲ ਜਿਹੜਾ ਹੈ ਸਿੱਖ ਇਤਿਹਾਸ ਸੁਣਾਉਣਾ। ਸਿਰ ਢਕਾਂਗੇ ਅਤੇ ਫਿਰ ਗੱਲ ਕਰਾਂਗੇ ਸਿੱਖ ਇਤਿਹਾਸ ਦੀ। ਹੁਣ ਸੁਣਾਉਂਦੇ ਹਾਂ ਤੁਹਾਨੂੰ ਸਿੱਖ ਗੁਰੂ ਸਾਹਿਬਾਨ ਦਾ ਗੁਰੂ ਕਾਲ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕਾਲ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ। ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰੂ ਕਾਲ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰੂ ਕਾਲ 1552 ਈਸਵੀ ਤੋਂ ਲੈ ਕੇ 1574 ਈਸਵੀ ਤੱਕ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰੂ ਕਾਲ 1574 ਈਸਵੀ ਤੋਂ ਲੈ ਕੇ 1581 ਈਸਵੀ ਤੱਕ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰੂ ਕਾਲ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਕਾਲ 1606 ਈਸਵੀ ਤੋਂ ਲੈ ਕੇ 1644 ਈਸਵੀ ਤੱਕ। ਧੰਨ ਧੰਨ ਸ਼੍ਰੀ ਗੁਰੂ ਹਰਰਾਏ ਸਾਹਿਬ ਦਾ ਗੁਰੂ ਕਾਲ 1644 ਈਸਵੀ ਤੋਂ ਲੈ ਕੇ 1661 ਈਸਵੀ ਤੱਕ। ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਗੁਰੂ ਕਾਲ 1661 ਈਸਵੀ ਤੋਂ ਲੈ ਕੇ 1664 ਈਸਵੀ ਤੱਕ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਕਾਲ 1664 ਈਸਵੀ ਤੋਂ ਲੈ ਕੇ 1675 ਈਸਵੀ ਤੱਕ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਕਾਲ 1675 ਈਸਵੀ ਤੋਂ ਲੈ ਕੇ 1708 ਈਸਵੀ ਤੱਕ। ਇਸ ਸਿੱਖ ਗੁਰੂ ਕਾਲ ਦੇ ਬਾਰੇ ਹਰੇਕ ਵਿਅਕਤੀ ਨੂੰ, ਹਰੇਕ ਪੰਜਾਬੀ ਨੂੰ, ਹਰੇਕ ਭਾਰਤ ਵਾਸੀ ਨੂੰ ਪਤਾ ਹੋਣਾ ਚਾਹੀਦਾ, ਚਾਹੇ ਮਜ਼ਹਬ ਕੋਈ ਵੀ ਹੋਵੇ। ਗੁਰੂਆਂ ਦਾ ਜਿਹੜਾ ਕਾਲ ਹੈ ਇਸ ਦੇ ਬਾਰੇ ਜਾਣਕਾਰੀ, ਗੁਰੂਆਂ ਬਾਰੇ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੈ, ਕਿਉਂਕਿ ਸਿੱਖ ਇਤਿਹਾਸ ਜਿਹੜਾ ਹੈ ਸਾਨੂੰ ਮਾਨਵਤਾ ਦੀ ਭਲਾਈ ਸਿਖਾਉਂਦਾ ਹੈ। ਸਿੱਖ ਗੁਰੂ ਸਾਹਿਬਾਨ ਨੇ ਜੋ ਉਪਦੇਸ਼ ਦਿੱਤੇ ਉਹ ਮਨੁੱਖਤਾ ਦੇ ਵਾਸਤੇ ਦਿੱਤੇ, ਪੂਰੀ ਮਾਨਵਤਾ ਦੇ ਵਾਸਤੇ ਦਿੱਤੇ, ਪੂਰੀ ਦੁਨੀਆ ਵਾਸਤੇ ਦਿੱਤੇ। ਤਾਂ ਇਹ ਜਾਣਕਾਰੀ ਹੈ ਸਿੱਖ ਗੁਰੂ ਸਾਹਿਬਾਨ ਦੇ ਗੁਰੂ ਕਾਲ ਬਾਰੇ।
ਹੁਣ ਇਸ ਦੇ ਵਿੱਚ ਦੇਖੋ ਸ਼ਹਾਦਤਾਂ ਦੋ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 1606 ਈਸਵੀ ਦੇ ਵਿੱਚ ਹੋਈ ਜਹਾਂਗੀਰ ਦੇ ਕਾਲ ਦੇ ਵਿੱਚ, ਔਰ ਉਸ ਤੋਂ ਬਾਅਦ ਸਿੱਖ ਇਤਿਹਾਸ ਜਿਹੜਾ ਹੈ ਉਸ ਦੀ ਦਸ਼ਾ ਦਿਸ਼ਾ ਬਿਲਕੁਲ ਬਦਲ ਗਈ, ਔਰ ਇੱਕ ਜਿਹੜਾ ਹੈ ਕੁਰਬਾਨੀਆਂ ਦਾ ਦੌਰ ਜਿਹੜਾ ਹੈ ਉੱਥੋਂ ਸ਼ੁਰੂ ਹੋਇਆ। ਇਸੇ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ। ਗੁਰੂ ਅਰਜਨ ਦੇਵ ਜੀ ਦਾ ਸਿੱਖ ਇਤਿਹਾਸ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ। ਦੇਖੋ ਹੁਣ ਅਸੀਂ ਗੱਲ ਕਰਾਂਗੇ 1588 ਈਸਵੀ ਤੋਂ ਸ਼ੁਰੂ ਕਰਾਂਗੇ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1469 ਈਸਵੀ ਤੋਂ ਲੈ ਕੇ 1588 ਈਸਵੀ ਤੱਕ ਸਿੱਖ ਇਤਿਹਾਸ ਦੀ ਰੂਪਰੇਖਾ ਕੁਝ ਹੋਰ ਹੈ, ਲੇਕਿਨ 1588 ਦੇ ਵਿੱਚ ਕੁਝ ਹੋਰ ਹੈ, ਬਦਲਾਓ ਆਉਂਦਾ, ਬੜਾ ਵੱਡਾ ਬਦਲਾਓ ਸਿੱਖ ਧਰਮ ਦੇ ਵਿੱਚ ਆਉਂਦਾ ਹੈ। ਔਰ 1588 ਦੇ ਵਿੱਚ ਦਰਬਾਰ ਸਾਹਿਬ ਦਾ ਜਿਹੜਾ ਹੈ ਨਿਰਮਾਣ ਦਾ ਕਾਰਜ ਸ਼ੁਰੂ ਹੋਇਆ ਅੰਮ੍ਰਿਤਸਰ ਵਿਖੇ, ਔਰ ਜਿਸ ਦਾ ਕਾਰਜ ਜਿਹੜਾ ਹੈ 1601 ਦੇ ਵਿੱਚ ਸੰਪੂਰਨ ਹੋਇਆ। ਔਰ ਉਸ ਤੋਂ ਬਾਅਦ ਇਸੇ ਸਮੇਂ ਦੇ ਦੌਰਾਨ ਮੈਂ ਕਹਿੰਦਾ ਕਿ ਆਹ ਮਿਤੀਆਂ ਜਿਹੜੀਆਂ ਮੈਂ ਬੋਲਣ ਲੱਗਾ ਨਾ ਜੀ, ਇਹ ਸਭ ਨੂੰ ਪਤਾ ਹੋਣੀਆਂ ਚਾਹੀਦੀਆਂ। ਇਸੇ ਸਮੇਂ ਦੇ ਦੌਰਾਨ ਜਿਹੜੀ ਅਗਲੀ ਇੱਕ ਮਿਤੀ ਹੈਗੀ ਹੈ 1604 ਈਸਵੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਨਾ, ਇੱਕ ਬਹੁਤ ਵੱਡਾ ਕਾਰਜ ਪੂਰੀ ਮਾਨਵਤਾ ਦੇ ਲਈ ਪੂਰੀ ਮਨੁੱਖਤਾ ਨੂੰ ਸੇਧ ਦੇਣ ਦੇ ਲਈ ਇੱਕ ਬੜਾ ਵੱਡਾ ਕਾਰਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ। ਔਰ ਇਸ ਦੇ ਵਿੱਚ ਸਭ ਤੋਂ ਕਠਿਨ ਕੰਮ ਜਿਹੜਾ ਸੀਗਾ, ਔਖਾ ਕੰਮ ਸੀਗਾ, ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕੱਤਰ ਕਰਨਾ। ਦੇਖੋ ਪਹਿਲੇ 5 ਗੁਰੂ ਸਾਹਿਬਾਨ ਦੀ ਬਾਣੀ ਇਸ ਦੇ ਵਿੱਚ ਦਰਜ ਹੈ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ 9ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇਸ ਦੇ ਵਿੱਚ ਦਰਜ ਹੈ, 15 ਸੂਫੀ ਸੰਤਾਂ ਫਕੀਰਾਂ ਦੀ ਬਾਣੀ ਭਗਤਾਂ ਦੀ ਬਾਣੀ ਵੀ ਇਸ ਦੇ ਵਿੱਚ ਦਰਜ ਹੈ, ਪੱਟਾਂ ਅਤੇ ਗਵਈਆਂ ਦਾ ਵੀ ਜਿਹੜਾ ਹੈ ਉਹਨਾਂ ਦੀਆਂ ਰਚਨਾਵਾਂ ਵੀ ਇਸ ਦੇ ਵਿੱਚ ਦਰਜ ਹੈ। ਇੱਕ ਐਸਾ ਗ੍ਰੰਥ ਜਿਸ ਦੇ ਵਿੱਚ ਹਰੇਕ ਮਜ਼ਹਬ ਨੂੰ ਬਰਾਬਰ ਸਥਾਨ ਦਿੱਤਾ ਗਿਆ, ਪੂਰੀ ਮਨੁੱਖਤਾ ਦੇ ਲਈ ਇੱਕ ਬਹੁਤ ਵੱਡੀ ਸੇਧ ਵੀ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਅਤੇ ਇਸ ਦਾ ਸੰਕਲਨ 1604 ਈਸਵੀ ਦੇ ਵਿੱਚ ਹੋਇਆ। ਬਾਬਾ ਬੁੱਢਾ ਜੀ ਨੂੰ ਜਿਹੜਾ ਹੈ ਪਹਿਲੇ ਹੈੱਡ ਗ੍ਰੰਥੀ ਜਿਹੜਾ ਹੈ ਨਿਯੁਕਤ ਕੀਤਾ ਗਿਆ। ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦੇ ਵਿੱਚ ਜਿਹੜਾ ਹੈ ਬਹੁਤ ਵੱਡਾ ਯੋਗਦਾਨ ਦਿੱਤਾ। ਗੁਰੂ ਅਰਜਨ ਦੇਵ ਜੀ ਲਿਖਵਾਉਂਦੇ ਸਨ ਅਤੇ ਭਾਈ ਗੁਰਦਾਸ ਜੀ ਲਿਖਦੇ ਸਨ। ਔਰ ਅਗਲੀ ਗੱਲ ਹੈ ਕਿ ਇਸ ਦੇ ਵਿੱਚ ਬਾਣੀਆਂ ਦੀ ਤਰਤੀਬ ਵੱਧਤਾ। ਦੇਖੋ 6000 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੈਗੇ ਹੈ ਔਰ 1430 ਅੰਗ ਹੈਗੇ ਗੁਰੂ ਗ੍ਰੰਥ ਸਾਹਿਬ ਦੇ। ਐਡਾ ਵੱਡਾ ਕਾਰਜ ਦੇਖੋ, ਜਦੋਂ ਕੰਪਿਊਟਰ ਨਹੀਂ ਸੀਗਾ, ਜਦੋਂ ਐਡੀਟਿੰਗ ਨਹੀਂ ਸੀ, ਉਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਨੇ ਇਸ ਗ੍ਰੰਥ ਨੂੰ ਰਚਿਆ, ਇਸ ਗ੍ਰੰਥ ਨੂੰ ਕੰਪੋਜ਼ ਕੀਤਾ। ਇਹ ਆਪਣੇ ਆਪ ਦੇ ਵਿੱਚ ਕਈ ਵਾਰੀ ਸੋਚਣ 'ਤੇ ਮਜਬੂਰ ਹੋ ਜਾਈਦਾ ਕਿ ਅਸੀਂ ਅੱਜ ਦੇ ਸਮੇਂ 'ਚ ਕੰਪਿਊਟਰਸ 'ਤੇ ਬੈਠ ਕੇ ਐਡਿਟ ਸਭ ਕੁਝ ਕਰ ਲੈਂਦੇ ਹਾਂ, ਲੇਕਿਨ ਇੱਕ ਵੀ ਗਲਤੀ, ਇੱਕ ਵੀ ਕੰਨੇ ਬਿੰਦੀ ਦੀ ਵੀ ਗਲਤੀ, ਕੋਈ ਗ੍ਰੈਮਰ ਦੀ ਵੀ ਗਲਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ। ਹੁਣ ਕੁਝ ਡੇਟਸ ਜਿਹੜੀਆਂ ਹੈ ਮੈਂ ਇੱਥੇ ਗੱਲ ਕਰਾਂਗਾ, 1588 ਤੋਂ ਸ਼ੁਰੂ ਕਰਾਂਗੇ। 1588, 1601, 1604, 1606, 1609, 1621, 1630, 1656, 1666 ਅਤੇ 1688, 1690, 1699, 1701, 1704, 1705, 1708, 1710, 1715, 1716 ਔਰ ਇਸ ਦੇ ਵਿੱਚ ਇੱਕ ਸਭ ਤੋਂ
ਤੋਂ ਵਧੀਆ ਜਿਹੜੀ ਗੱਲ ਹੈ ਜਿਸ ਨੂੰ ਯਾਦ ਰੱਖਣਾ ਜ਼ਰੂਰੀ ਹੈ, ਸਭ ਤੋਂ ਉੱਚੀ ਗੱਲ ਇਹ ਹੈ ਕਿ 1710 ਦੇ ਵਿੱਚ ਜਿਹੜਾ ਹੈ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਯੁੱਧ ਦੇ ਵਿੱਚ ਜਿਹੜਾ ਹੈ ਔਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ, ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਚੱਪੜਚਿੜੀ ਦੇ ਯੁੱਧ ਦੇ ਵਿੱਚ। ਇਹ ਇਤਿਹਾਸ ਦਾ ਇੱਕ ਐਸਾ ਪੰਨਾ ਹੈ ਜਿਸ ਦਾ ਬੜਾ ਗੌਰਵਮਈ ਪੰਨਾ ਹੈ ਔਰ ਇਸ ਦੇ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਤਾਂ 1708, 1710, 1715, 1716 ਔਰ 1716 ਤੋਂ ਬਾਅਦ ਅਸੀਂ ਗੱਲ ਕਰਾਂਗੇ 1739 ਦੀ, ਨਾਦਰ ਸ਼ਾਹ ਦੇ ਹਮਲੇ ਔਰ ਨਾਦਰ ਸ਼ਾਹ ਦੇ ਹਮਲਿਆਂ ਦੇ ਵਿੱਚ ਸਿੱਖਾਂ ਨੇ ਹੀ ਉਸਨੂੰ ਨੱਥ ਪਾਈ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ 1739 ਤੋਂ ਬਾਅਦ 1761 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ ਔਰ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦੇ ਹਮਲੇ ਜਿਹੜੇ ਹੈ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਸਿੱਖਾਂ ਨੇ। ਜਿੰਨੇ ਵੀ ਧਾੜਵੀ ਆਏ ਨਾ ਜੀ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਸਿੱਖਾਂ ਨੇ ਅਤੇ ਭਾਰਤ ਦੇ ਇਤਿਹਾਸ ਦੇ ਵਿੱਚ ਕਿਉਂ ਨਾ ਇਹ ਗੌਰਵਮਈ ਪੰਨਾ ਜਿਹੜਾ ਹੈ ਇਸ ਨੂੰ ਕੌਣ ਭੁਲਾ ਸਕਦਾ ਹੈ, ਕੌਣ ਇਸ ਨੂੰ ਨਜ਼ਰ ਅੰਦਾਜ਼ ਕਰ ਸਕਦਾ, ਇਹ ਬਹੁਤ ਵੱਡੀ ਗੱਲ ਹੈ। ਮੈਂ ਕਹਿੰਦਾ ਕਿ ਸਿੱਖਾਂ ਦੇ ਇਤਿਹਾਸ ਤੋਂ ਬਿਨਾਂ ਭਾਰਤ ਦਾ ਇਤਿਹਾਸ ਅਧੂਰਾ ਹੈ। 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 12 ਦੀਆਂ 12 ਮਿਸਲਾਂ ਜਿਹੜੀਆਂ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਜਿੱਤਿਆ, ਕਿਉਂਕਿ ਗੱਲ ਇਹ ਕਿ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਨਾ ਜੀ ਉਸ ਦੇ ਵਿੱਚ ਸਿੱਖ ਮਿਸਲਾਂ ਦਾ ਸਮਾਂ ਹੈ ਔਰ ਸਿੱਖ ਜਿਹੜੇ ਸੀਗੇ ਉਹ ਜ਼ਕਰੀਆ ਖਾਂ, ਯਾਇਆ ਖਾਂ, ਮੀਰ ਮੰਨੂ ਇਹਨਾਂ ਦੇ ਜ਼ੁਲਮ ਦਾ ਮੁਕਾਬਲਾ ਕਰਦੇ ਹੋਏ ਜੰਗਲਾਂ ਦੇ ਵਿੱਚ ਪਨਾਹ ਲੈਂਦੇ ਸੀ ਅਤੇ ਗੁਰੀਲਾ ਯੁੱਧ ਨੀਤੀ ਅਪਣਾਉਂਦੇ ਸੀ। ਤਾਂ ਉਦੋਂ 12 ਮਿਸਲਾਂ ਹੋਂਦ ਵਿੱਚ ਆ ਗਈਆਂ ਅਤੇ 12 ਦੀਆਂ 12 ਮਿਸਲਾਂ ਨੂੰ ਸੰਗਠਿਤ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ 1799 ਈਸਵੀ ਤੋਂ ਲੈ ਕੇ 1839 ਈਸਵੀ ਤੱਕ 40 ਸਾਲ ਐਸਾ ਰਾਜ ਕੀਤਾ ਕਿ ਅੰਗਰੇਜ਼ ਉਦੋਂ ਤੱਕ ਪੂਰਾ ਭਾਰਤ ਵਰਸ਼ ਜਿੱਤ ਚੁੱਕੇ ਸੀਗੇ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੱਲੋਂ ਅੱਖ ਚੱਕ ਕੇ ਨਾ ਦੇਖ ਸਕੇ। ਸ਼ੇਰੇ ਪੰਜਾਬ ਦਾ ਇੰਨਾ ਜੌ ਜਲਾਲ ਸੀਗਾ ਔਰ ਕਾਬਲ ਤੱਕ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਵਰਤੀ, ਅੰਗਰੇਜ਼ਾਂ ਦੇ ਨਾਲ ਉਹਨਾਂ ਨੂੰ ਸੰਧੀਆਂ ਕਰਨੀਆਂ ਪਈਆਂ ਅਤੇ ਅੰਗਰੇਜ਼ ਵੀ ਮਜਬੂਰ ਹੋਏ। ਤਾਂ ਇੱਥੇ ਇੱਕ ਸੰਧੀਆਂ ਦਾ ਦੌਰ ਸ਼ੁਰੂ ਹੁੰਦਾ ਹੈ 1806 ਦੇ ਵਿੱਚ, 1805-6 ਦੇ ਵਿੱਚ ਲਾਹੌਰ ਦੀ ਸੰਧੀ ਹੈ, 1809 ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਹੈ ਅਤੇ 1831 ਦੇ ਵਿੱਚ ਰੋਪੜ ਦੀ ਸੰਧੀ ਹੈ। ਇਹਨਾਂ ਸੰਧੀਆਂ ਤੋਂ ਬਾਅਦ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਉੱਤਰ ਵੱਲ ਫੈਲਾਉਣਾ ਸ਼ੁਰੂ ਕਰ ਦਿੱਤਾ। ਤਾਂ ਇਹ ਗੱਲ ਹੈ ਕਿ ਸਿੱਖ ਯੋਧੇ ਜਿਹਦੇ ਵਿੱਚ ਦੇਖੋ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਏ ਵਰਗਿਆਂ ਨੇ ਕੀਤੀ ਖੂਬ ਕਮਾਲ, ਬਣ ਗਏ ਮਜ਼ਲੂਮਾਂ ਦੀ ਢਾਲ, ਬਹੁਤ ਸਿੱਖ ਅਣਗਿਣਤ ਸਿੱਖ ਯੋਧੇ ਹੈ। ਤਾਂ ਕਦੀ ਵੱਖਰੇ ਤੌਰ 'ਤੇ ਉਹਨਾਂ ਯੋਧਿਆਂ ਦੇ ਬਾਰੇ ਵੀ ਗੱਲ ਕਰਾਂਗੇ। ਤਾਂ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲਵੇ ਵਰਗਿਆਂ ਨੇ ਕੀਤੀ ਖੂਬ ਕਮਾਲ, ਬਣ ਗਏ ਮਜ਼ਲੂਮਾਂ ਦੀ ਢਾਲ।